ਕਾਲ ਤੋਂ ਹੁਆ ਮੇਰਾ ਨਾਮ ਅਵਤਾਰ ਸਿੰਘ ਹੈ ਪੰਚਾਇਤ ਮੈਂਬਰ ਮੌਕੇ ਦਾ ਮੈਂ ਇੱਧਰ ਨੂੰ ਜਾ ਰਿਹਾ ਸੀਗਾ ਮੇਰੇ ਸਾਹਮਣੇ ਐਕਸੀਡੈਂਟ ਹੋਇਆ ਇੱਥੇ ਆ ਕੇ ਲੋਕਾਂ ਨੇ ਕੀ ਕੀਤਾ ਮੂਲੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਦੋ ਬੰਦੇ ਬਿਲਕੁਲ ਜਿਉਂਦ ਜੀ ਇੱਕ ਜਨਾਨੀ ਅਤੇ ਇੱਕ ਬੰਦਾ ਇੱਕ ਬੱਚਾ ਮਰ ਗਿਆ ਇੱਕ ਉਹਦਾ ਡੈਡੀ ਮਰ ਗਿਆ ਮੌਕੇ 'ਤੇ ਬਾਕੀ ਉਹ ਵਿਚਾਰੇ ਦੋ ਤੜਫ ਰਹੇ ਸੀ ਕਿਸੇ ਨੇ ਚੱਕੇ ਨਹੀਂ ਲੋਕ ਮੂਲੀਆਂ ਬਣਾਈ ਗਏ ਲੋਕ ਕੈਮਰੇ ਕੱਢ ਕੇ ਮੋਬਾਈਲਾਂ ਦੇ ਵਿੱਚ ਰਿਕਾਰਡਿੰਗ ਕਰੀ ਗਏ ਲੇਕਿਨ ਬਾਈ ਜੀ ਘੰਟਾ ਮੈਂ ਖੜ੍ਹਾ ਰਿਹਾ ਪੂਰਾ ਇੱਕ ਘੰਟਾ ਇੱਥੇ ਕਿਸੇ ਨੇ ਕੋਈ ਚੱਕਿਆ ਉਹਨਾਂ ਨੂੰ ਅਤੇ ਦੋ ਮੁਲਾਜ਼ਮ ਆਏ ਉਹਨਾਂ ਨੂੰ ਮੈਂ ਆਖਿਆ ਐਂਬੂਲੈਂਸ ਨੂੰ ਫੋਨ ਕਰਦੇ ਮੈਨੂੰ ਕਹਿੰਦੇ ਤੂੰ ਜ਼ਿਆਦਾ ਸਿਆਣਾ ਕੁਛ ਮੈਂ ਆਖਿਆ ਬਾਈ ਜੀ ਹੱਥ ਬੰਨ ਕੇ ਬੇਨਤੀ ਹੈ ਤੁਸੀਂ ਐਂਬੂਲੈਂਸ ਨੂੰ ਬੰਦੇ ਜਿਉਂਦੇ ਨੇ ਮਰ ਜਾਣਗੇ ਤਾਂ ਉਹਨਾਂ ਨੇ ਚੱਕਿਆ ਮੋਟਰਸਾਈਕਲ ਕੋਈ ਡਿਊਟੀ ਨਹੀਂ ਸਮਝੀ ਆਪਦੀ ਪਾਰ ਗਏ ਅਸੀਂ ਰਾਹ ਦਾਤੀ ਬਾਈ ਜੀ ਮੈਂ ਕੋਸ਼ਿਸ਼ ਬਹੁਤ ਕੀਤੀ ਲੋਕਾਂ ਨੂੰ ਕਿਹਾ ਉਦੋਂ ਬਾਅਦ ਮੇਰੇ ਹੁੰਦੇ ਫਿਰ ਐਂਬੂਲੈਂਸ ਆ ਗਈ ਫਿਰ ਉਹ ਡੈੱਡ ਬੋਡੀਆਂ ਵੀ ਲੈ ਗਈ ਚੱਕ ਕੇ ਅਤੇ ਉਹਨਾਂ ਨੂੰ ਵੀ ਲੈ ਗਈ ਇਹ ਬਾਈ ਜੀ ਪਿੰਡ ਕਾਨੇਗੇ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲਾ ਪਰਿਵਾਰ ਸੀਗਾ ਇਹ ਚਮਕੌਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਕਾਨੇਗੇ ਅਤੇ ਨਾਲ ਚਮਕੌਰ ਸਿੰਘ ਦੇ ਘਰੋਂ ਸੀ ਕੁੜੀ ਅਤੇ ਇੱਕ ਢਾਈ ਤਿੰਨ ਕੁ ਸਾਲ ਦੀ ਬੱਚੀ ਸੀਗੀ ਉਹਨਾਂ ਦੀ ਅਤੇ ਇਹ ਤਵੇ ਆ ਰਹੀ ਸੀ ਬਾਈ ਕਿਸੇ ਦਵਾਈ ਜਾ ਰਹੀ ਸੀ ਦਵਾਈ ਬੂਟੀ ਲੈ ਕੇ ਅਤੇ ਰਸਤੇ 'ਚ ਇਹਨਾਂ ਦਾ ਐਕਸੀਡੈਂਟ ਜਿਹੜਾ ਹੋਇਆ ਅਤੇ ਤਿੰਨਾਂ ਦੀ ਮੌਤ ਹੋਈ ਹੈ ਅਤੇ ਬਾਕੀ ਜਿਹੜੀ ਉਹ ਕੁੜੀ ਸੀ ਚਮਕੌਰ ਸਿੰਘ ਦੇ ਘਰ ਵਾਲੀ ਉਹ ਪ੍ਰੈਗਨੈਂਟ ਸੀਗੀ ਪੇਟ ਦੇ ਵਿੱਚ ਵੀ ਜਿਹੜਾ ਬੱਚਾ ਸੀ ਉਹ ਪਲ ਰਿਹਾ ਸੀਗਾ ਜੀ ਬਹੁਤ ਦਰਦਨਾਕ ਜਿਹੜਾ ਹਾਦਸਾ ਵਾਪਰਿਆ ਤਕਰੀਬਨ ਜਿਹੜੀਆਂ ਚਾਰ ਮੌਤਾਂ ਹੋ ਚੁੱਕੀਆਂ ਅਤੇ ਇੱਕ ਮੁੰਡਾ ਜਿਹੜਾ ਹੋਰ ਇਸੇ ਐਕਸੀਡੈਂਟ ਦੀ ਲਫੇੜ ਦੇ ਵਿੱਚ ਆਇਆ ਉਹ ਕੱਟੂ ਪਿੰਡ ਦਾ ਸੀਗਾ ਜੀ ਉਹ ਵੀ ਮੋਟਰਸਾਈਕਲ 'ਤੇ ਸਵਾਰ ਸੀਗਾ ਉਹ ਮੁੰਡੇ ਦੀ ਵੀ ਮੌਤ ਹੋਈ ਹੈ ਜੀ ਇਨਸਾਫ ਮਿਲਣਾ ਚਾਹੀਦਾ ਜੀ ਪਰਿਵਾਰ ਨੂੰ ਹਾਂਜੀ ਬਿਲਕੁਲ ਜਿਹੜਾ ਕੋਈ ਗਲਤ ਪਾਇਆ ਜਾਂਦਾ ਦੇਖੋ ਜੀ ਇਹ ਤਾਂ ਸਾਰਾ ਇਕੱਲਾ ਹੀ ਮੁੰਡਾ ਸੀਗਾ ਜੀ ਇਹ ਚਮਕੌਰ ਸਿੰਘ ਅਤੇ ਕੋਈ ਇਹਦੇ ਭੈਣ ਨਹੀਂ ਸੀ ਅਤੇ ਨਾ ਹੀ ਕੋਈ ਹੋਰ ਭਰਾ ਸੀਗਾ ਇਕੱਲਾ ਹੀ ਮੁੰਡਾ ਸੀਗਾ ਘਰਦਿਆਂ ਦੇ ਇਹਨਾਂ ਦਾ ਅੱਜ ਸਾਰਾ ਪਰਿਵਾਰ ਹੀ ਹੈ ਜਿਹੜਾ ਤਕਰੀਬਨ ਖਤਮ ਹੋ ਗਿਆ ਜੀ ਪਿੱਛੇ ਮਾਂ ਪਿਓ ਰਹਿ ਗਏ ਬਾਕੀ ਗਰੀਬ ਪਰਿਵਾਰ ਹੈ ਜੀ ਐਸੀ ਜਾਂਦਾ ਵਾਲਮੀਕ ਭਾਈਚਾਰੇ ਨਾਲ ਸੰਬੰਧ ਰੱਖਦੇ ਆ ਜੀ ਜਾਣੀ ਕਿ ਘਰ ਦੇ ਹਾਲਾਤ ਪਹਿਲਾਂ ਹੀ ਬਹੁਤ ਨਾਜ਼ੁਕ ਆ ਅਤੇ ਹੁਣ ਦੇਖ ਲਓ ਤੁਸੀਂ ਜਿਹੜੇ ਬਿਰਧ ਮਾਂ ਪਿਓ ਹੈ ਜੀ ਉਹਨਾਂ ਵਾਸਤੇ ਤਾਂ ਬਹੁਤ ਜ਼ਿਆਦਾ ਬੁਢਾਪੇ ਦੇ ਵਿੱਚ ਮੁਸ਼ਕਲ ਆਉਣੀ ਹੀ ਆਉਣੀ ਹੈ ਜੀ ਤਾਂ ਕਲੀਅਰ ਹੀ ਆ ਬਾਕੀ ਜਦੋਂ ਅੱਜ ਕਿਸੇ ਦਾ ਪਰਿਵਾਰ ਮਤਲਬ ਕਿ ਖਤਮ ਹੋ ਗਿਆ ਜੀ ਅਤੇ ਅਸੀਂ ਕਹਿੰਦੇ ਵੀ ਜੋ ਗਲਤੀ ਪਾਈ ਜਾਂਦੀ ਹੈ ਤਾਂ ਮਤਲਬ ਕਿ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਜਿਹੜਾ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਜੀ ਇਹਦਾ ਨਾਮ ਬੇਅੰਤ ਸਿੰਘ ਸੀਗਾ ਜੀ ਇਹ ਪਿੰਡ ਕਟੂ ਦਾ ਸੀਗਾ ਇਹ ਤਪੇ ਦਵਾਈ ਲੈਣਾ ਸੀ ਹੋਸਪਿਟਲ ਦੇ ਵਿੱਚ ਹੋਸਪਿਟਲ 'ਚੋਂ ਦਵਾਈ ਲੈ ਕੇ ਅਤੇ ਵਾਪਸ ਆਪਦੇ ਪਿੰਡ ਜਾ ਰਿਹਾ ਸੀ ਕਟੂ ਨੂੰ ਰਸਤੇ ਦੇ ਵਿੱਚ ਤਪਾ ਟੱਪ ਕੇ ਪਹਿਲਾਂ ਜਿਹੜਾ ਕੱਟ ਆਉਂਦਾ ਗੁਰੂ ਨਾਨਕ ਸਕੂਲ ਦੇ ਨੇੜੇ ਜੇ ਉੱਥੇ ਮਤਲਬ ਗੱਡੀ ਨੂੰ ਸਾਈਡ ਮਾਰ ਕੇ ਸਿੱਟ ਗਈ ਔਰ ਸੱਟ ਲੱਗ ਗਈ ਉਸ ਤੋਂ ਬਾਅਦ ਬਿਲਕੁਲ ਖਤਮ ਹੋ ਗਏ ਉਹ ਤਾਂ ਫਿਰ ਅੱਗੇ ਜਾ ਕੇ ਦੂਸਰੇ ਮੋਟਰਸਾਈਕਲ 'ਚ ਵੱਜਿਆ ਜਿਹਦੇ ਉੱਤੇ ਤਿੰਨ ਸਵਾਰੀਆਂ ਸੀਗੀਆਂ ਉਹ ਤਿੰਨੇ ਉਹ ਵੀ ਖਤਮ ਹੋ ਗਈਆਂ ਅਤੇ ਗੱਡੀ ਜਾ ਕੇ ਡਿਵਾਈਡਰ ਦੇ ਉੱਤੇ ਜਾ ਚੜ੍ਹੀ ਗੱਡੀ ਹੈਗੀ ਇਹ ਰੀਜਾ ਗੱਡੀ ਆ ਪਰਿਵਾਰ ਦੇ ਵਿੱਚ ਇਹ ਟੇਲਰ ਮਾਸਟਰ ਦਾ ਕੰਮ ਕਰਦਾ ਸੀਗਾ ਜੀ ਔਰ ਤਿੰਨ ਬੇਟੀਆਂ ਵੱਡੀ ਬੇਟੀ 14 ਸਾਲ ਦੀ ਬਾਕੀ ਛੋਟੀ ਬੇਟੀ ਤਿੰਨ ਦੋ ਔਰ ਇੱਕ ਬੇਟਾ ਗਾ ਇਹਨਾਂ ਦੀ ਜਿਹੜੀ ਪਤਨੀ ਸੀ ਉਹ ਪਿਛਲੇ ਮੰਨ ਲਓ ਕਰੋਨਾ ਦੇ ਵੇਲੇ ਕਰੋਨਾ ਕਾਲ ਦੇ ਵੇਲੇ ਉਹਨਾਂ ਦੀ ਐਕਸਪੇਅਰ ਹੋ ਗਈ ਸੀ ਉਹ ਵੀ ਤਾਂ ਮੰਨ ਲਓ ਹੁਣ ਇਹ ਬਹੁਤ ਦੁਖੀ ਪਰਿਵਾਰ ਹੈ ਮੰਨ ਲਓ ਹੁਣ ਬੱਚੇ ਬਹੁਤ ਦੁਖੀ ਆ ਹੁਣ ਤੁਸੀਂ ਆਪ ਦੇਖ ਲਓ ਵੀ ਬੱਚਿਆਂ ਦਾ ਕੀ ਬਣੂਗਾ ਇੰਨੇ ਛੋਟੇ ਬੱਚਿਆਂ ਦਾ ਨਾ ਕੌਣ ਦੇਖ ਰੇਖ ਕਰਨ ਵਾਲਾ ਜਾਂ ਉਹਨਾਂ ਦੀ ਪੜ੍ਹਾਈ ਹੁਣ ਬੇਟੀ ਪੜ੍ਹਾਈ ਕਰ ਰਹੀ ਸੀਗੀ ਪਲੱਸ ਟੂ ਦੇ ਵਿੱਚ ਪੜ੍ਹਾਈ ਕਰ ਰਹੀ ਸੀਗੀ ਪੜ੍ਹਾਈ ਦਾ ਕਿੱਥੋਂ ਕੀ ਹੋਊਗਾ ਇਹ ਹੈ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਬਠਿੰਡਾ ਬਰਨਾਲਾ ਰੋਡ 'ਤੇ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਲੋਕ ਇੰਜਰਡ ਨੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਮੌਕੇ 'ਤੇ ਪਹੁੰਚੇ ਉੱਥੇ ਜਾ ਕੇ ਅਸੀਂ ਦੇਖਿਆ ਕਿ ਇੱਕ ਵਾਈਟ ਵਿਟਾਰਾ ਬਰੈਜ਼ਾ ਕਾਰ ਨੇ ਦੋ ਬਾਈਕਸ ਨੂੰ ਟੱਕਰ ਮਾਰੀ ਹੈ ਇਹ ਓਵਰ ਸਪੀਡ ਕਾਰ ਜਾ ਰਹੀ ਸੀ ਮੋਰ ਦੈਨ 120 ਇਹਦੀ ਸਪੀਡ ਸੀਗੀ ਅਤੇ ਪਹਿਲਾਂ ਇਹਨੇ ਇੱਕ ਬਾਈਕ ਨੂੰ ਟੱਕਰ ਮਾਰੀ ਜਿਹਦੇ ਤਿੰਨ ਸਵਾਰ ਸੀਗੇ ਉਸ ਤੋਂ ਬਾਅਦ ਅੱਗੇ ਜਾ ਕੇ ਇਹਨੇ ਇੱਕ ਹੋਰ ਬਾਈਕ ਨੂੰ ਟੱਕਰ ਮਾਰੀ ਜਿਹਤੇ ਇੱਕ ਬੰਦਾ ਸਵਾਰ ਸੀ ਸਾਰੇ ਇੰਜਰਡ ਨੂੰ ਹੋਸਪਿਟਲ ਭੇਜਤਾ ਗਿਆ ਅਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹਦੇ 'ਚ ਜਿੰਨੇ ਵੀ ਬਾਈਕ ਸਵਾਰ ਸੀਗੇ ਸਾਰਿਆਂ ਦੀ ਡੈਥ ਹੋ ਚੁੱਕੀ ਹੈ ਪਹਿਲੇ ਜਿਹੜੇ ਤਿੰਨ ਬਾਈਕ ਸਵਾਰ ਸੀਗੇ ਉਹਦੇ ਵਿੱਚ ਇੱਕ ਹਸਬੈਂਡ ਵਾਈਫ ਅਤੇ ਇੱਕ ਉਹਨਾਂ ਦੀ ਛੋਟੀ 4 ਸਾਲ ਦੀ ਬੇਟੀ ਸੀਗੀ ਚਮਕੌਰ ਸਿੰਘ ਰਾਜਵੀਰ ਕੌਰ ਅਤੇ ਹਰਕਿਰਤ ਇਹ ਪਿੰਡ ਕਾਨੇਕੇ ਦੇ ਰਹਿਣ ਵਾਲੇ ਨੇ ਅਤੇ ਦੂਜਾ ਬਾਈਕ ਸਵਾਰ ਜਿਹੜਾ ਸੀਗਾ ਬੇਅੰਤ ਸਿੰਘ ਉਹ ਪਿੰਡ ਕੱਟੂ ਦਾ ਰਹਿਣ ਵਾਲਾ ਇਹ 'ਚ ਟੋਟਲ 4 ਮੌਤਾਂ ਹੋਈਆਂ ਨੇ ਦੋਸ਼ੀ ਭੁਪਿੰਦਰ ਕੁਮਾਰ ਉਮਰ ਕਰੀਬ 24 ਸਾਲ ਇਹ ਸਾਲਾਸਰ ਤੋਂ ਬਰਨਾਲੇ ਜਾ ਰਹੇ ਸੀ ਅਤੇ ਰਸਤੇ 'ਚ ਇਹ ਐਕਸੀਡੈਂਟ ਹੋਇਆ ਇਹਨਾਂ ਦਾ ਜਦੋਂ ਗੱਡੀ ਆਊਟ ਆਫ ਕੰਟਰੋਲ ਹੋ ਗਈ
ਨਹੀਂ ਇੱਕ ਗੱਡੀ ਡਰਾਈਵ ਕਰ ਰਿਹਾ ਸੀ ਜਿਹੜੇ ਨਾਲ ਦੋ ਲੇਡੀ ਸੀਗੀ ਉਹਨਾਂ ਚੋਂ ਇੱਕ ਲੇਡੀ ਦੇ ਨਾਮ ਤੇ ਗੱਡੀ ਹੈ ਇਹ ਬਾਈਕ ਸਵਾਰ ਆਪਣੇ ਪਿੰਡ ਵੱਲ ਹੀ ਜਾ ਰਹੇ ਸੀ ਓਬਵੀਅਸਲੀ ਤੇ ਰਸਤੇ 'ਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਨਹੀਂ ਇਹਦੇ ਬਾਰੇ ਅਸੀਂ ਹਜੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਇਹ ਅਸੀਂ ਵੈਰੀਫਾਈ ਕਰ ਲਾਂਗੇ ਜੀ ਅਸੀਂ ਇਹਨਾਂ ਤੇ ਅੰਡਰ 304A IPC FIR ਰਜਿਸਟਰ ਕਰ ਰਹੇ ਹਾਂ ਤੇ ਗੱਡੀ ਨੂੰ ਤੇ ਕਾਰ ਚਾਲਕਾਂ ਨੂੰ ਅਸੀਂ ਆਪਣੀ ਕਸਟਡੀ 'ਚ ਲੈ ਲਿਆ।